ਸਸ਼ਤਰਗਲ ਖਬਰਾਂ ਦੇਸ ਬੁਲੇਟਿਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਮੈਂ ਹਾ ਸ਼ੇਤਲ ਠਾਕੁਰ ਆਵਕ ਨਜ਼ਰ ਮਾਰਦੇ ਆਂ ਅੱਜ ਦੀਆਂ ਖਾਸ ਖਬਰਾਂ ਤੇ ਨਿਊ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਅੱਗ ਦੇ ਕਾਰਨ ਦੋ ਲੋਕਾਂ ਦੀ ਮੌਤ 200 ਤੋਂ ਵੱਧ ਘਰ ਹੋਈ ਤਬਾਹ ਅਮਰੀਕਾ ਦੇ ਫਰੀਜ਼ਰ ਦੇ ਵਿੱਚ 183 ਜਾਨਵਰਾਂ ਦੇ ਅਵਸ਼ੇਸ਼ ਮਿਲਣ ਤੋਂ ਬਾਅਦ ਅਰੀਜ਼ੋਨਾ ਦਾ ਵਿਅਕਤੀ ਗ੍ਰਿਫਤਾਰ ਅਮਰੀਕੀ ਫੌਜ ਦੇ ਵੱਲੋਂ ਚਾਰ ਸਿੱਖਾਂ ਨੂੰ ਦਾੜੀ ਕੱਟਣ ਦੇ ਹੁਕਮ ਕੀਤਾ ਅਦਾਲਤ ਦਾ ਰੁਖ ਟੋਰਾਂਟੋ ਨੇ 18 ਸਾਲ ਤੇ ਇਸ ਤੋਂ ਬਾਅਦ ਉਮਰ ਦੇ ਲੋਕਾਂ ਨੂੰ 21 ਤੋਂ ਨੋਵਾ ਵੈਕਸ ਵੈਕਸਿਨ ਦੇਣ ਦੀ ਕੀਤੀ ਪੇਸ਼ਕਸ਼ ਕੈਨੇਡਾ ਨੇ ਐਸਟਰਾਜਾਨੀਕਾ ਦੀ ਥੈਰੇਪੀ ਐਵ ਸ਼ੀਲਡ ਨੂੰ ਦਿੱਤੀ ਮਨਜ਼ੂਰੀ ਇੱਕ ਘਰ ਦੇ ਵਿੱਚੋਂ 280 ਕਿਲੋ ਡਰੱਗਸ ਹੋਈ ਬਰਾਮਦ ਰਾਜਨਾਥ ਦੀ ਚੀਨ ਨੂੰ ਸਖਤ ਚੇਤਾਵਨੀ ਭਾਰਤ ਨੂੰ ਜੇ ਕਿਸੇ ਨੇ ਛੇੜਿਆ ਤਾਂ ਛੱਡੇਗਾ ਨਹੀਂ 1 ਜੁਲਾਈ ਤੋਂ ਮਿਲੇਗੀ 300 ਯੂਨਟ ਮੁਫਤ ਬਿਜਲੀ ਭਾਰਤੀ ਕਿਸਾਨ ਪਾਰ ਰਹੇ ਨੇ ਦੁਨੀਆ ਦਾ ਟਿੱਡ ਹੁਣ ਮਿਸਰ ਨੇ ਵੀ ਦਿੱਤੀ ਸਪਲਾਈ ਕਰਤਾ ਦੇ ਵੱਜੋਂ ਮਨਜ਼ੂਰੀ ਪੀਐਮ ਔਦੀ ਅੱਜ ਗੁਜਰਾਤ ਦੇ ਮੋਰਬੀ ਦੇ ਵਿੱਚ ਭਗਵਾਨ ਹਨੂਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਦਾ ਕਰਨਗੇ ਉਦਘਾਟਨ ਅਮਨਾਤ ਯਾਤਰਾ ਦੇ ਵਿੱਚ ਸ਼ਰਦਾਲੂਆਂ ਦੇ ਬੀਮਾ ਕਵਰ ਨੂੰ ਲੈ ਕੇ ਕੀਤੇ ਗਏ ਸੁਰੱਖਿਆ ਦੇ ਖਾਸ ਇੰਤਜ਼ਾਮ। ਖਰਾਬ ਫੂਡ ਡਿਲੀਵਰੀ ਦੇ ਸਥਾਈ ਤੌਰ ਤੇ ਗਾਹਕ ਰੱਦ ਕਰ ਸਕਣਗੇ ਆਨਲਾਈਨ ਆਰਡਰ। ਗੁਰੂਗ੍ਰਾਮ ਪੁਲਿਸ ਨੇ ਖਾਲਿਸਤਾਨ ਵਿਚਾਰਕ ਗੁਰਪਤਵੰਤ ਪੰਨੂ ਦੇ ਖਿਲਾਫ ਰਾਜ ਤ੍ਰੋਪ ਦਾ ਮਾਮਲਾ ਕੀਤਾ ਦਰਜ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਸਵੇਰੇ ਨਿਊ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਘਰ ਤਬਾਹ ਹੋਏ ਨੇ ਫਾਇਰ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਅੱਗ ਲੱਗਣ ਦੇ ਕਾਰਨ ਲਗਭਗ 5000 ਲੋਕਾਂ ਦੀ ਆਬਾਦੀ ਵਾਲੇ ਰੂਈ ਡੋਸੋ ਦੇ ਪਹਾੜੀ ਪਾਈਚਾਰੇ ਨੂੰ ਉੱਥੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਇਲਾਕੇ ਦੇ ਵਿੱਚੋਂ ਦੋ ਵਿਅਕਤੀਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਇੱਕ ਘਰ ਦੇ ਨੇੜੇੋਂ ਮਿਲੀਆਂ ਜੋ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਨਿਊ ਮੈਕਸੀਕੋ ਸਟੇਟ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਨੂੰ ਤੇਜ਼ ਹਵਾ ਦੇ ਕਾਰਨ ਭਿਆਨਕ ਰੂਪ ਖੁਲਾਸਾ ਨਹੀਂ ਕੀਤਾ ਗਿਆ ਰੁਈਡੋਸੋ ਦੇ ਸਕੂਲ ਅੱਗੇ ਹਫਤੇ ਤੱਕ ਬੰਦ ਕਰ ਦਿੱਤੇ ਗਏ ਇੱਕ ਹਾਈ ਸਕੂਲ ਦੀ ਅੰਗਰੇਜ਼ੀ ਅਧਿਆਪਕਾ ਸਾਰਾ ਏਮਜ਼ ਬ੍ਰਾਊਨ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਚੇਹੇ ਨੇ ਜਿਨ੍ਹਾਂ ਨੇ ਆਪਣੇ ਘਰ ਗੁਆ ਲੈਨੇ ਉਹਨਾਂ ਨੇ ਕਿਹਾ ਕਿ ਵੀਰਵਾਰ ਨੂੰ ਵਿਦਿਆਰਥੀਆਂ ਦੇ ਨਾਲ ਸੀ ਜਦੋਂ ਉਹਨਾਂ ਨੂੰ ਬੱਸ ਦੇ ਵਿੱਚੋਂ ਸੁਰੱਖਿਤ ਬਾਹਰ ਕੱਢਿਆ ਗਿਆ ਸੀ ਤੇ ਬਾਹਰ ਜੰਗਲ ਦੇ ਵਿੱਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ ਘਟਨਾ ਕਮਾਂਡਰ ਡੇ ਬੈਲਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਫਿਰ ਤੋਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਸਾਰੀਆਂ ਮਾਰਤਾਂ ਨੂੰ ਨੁਕ ಸಂಭವ ಹಸೆ ಅಗತೆ ಕಾಬೂ ಪ ਉਧਰ ਐਰੀਜ਼ੋਨਾ ਦੇ ਇੱਕ ਵਿਅਕਤੀ ਨੂੰ ਉਸਦੇ ਗੈਰੇਜ ਦੇ ਵਿੱਚ ਇੱਕ ਫ੍ਰੀਜ਼ਰ ਦੇ ਵਿੱਚ 183 ਜਾਨਵਰਾਂ ਦੇ ਵਿਸ਼ੇਸ਼ ਮਿਲਣ ਤੋਂ ਬਾਅਦ ਜਾਨਵਰਾਂ ਦੇ ਨਾਲ ਬੇਰਹਿਮੀ ਦੇ ਨਾਲ ਤੋਛ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੇਹਾਂ ਲੱਗਦਾ ਹੈ ਕਿ ਇਹਨਾਂ ਦੇ ਵਿੱਚੋਂ ਕੁਝ ਜਾਨਵਰਾਂ ਨੂੰ ਫ੍ਰੀਜ਼ਰ ਦੇ ਵਿੱਚ ਜਿੰਦਾ ਰੱਖਿਆ ਗਿਆ ਸੀ ਜਿਸ ਕਾਰਨ ਜੰਮ ਕੇ ਉਹਨਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਸ਼ਹਿਰ ਦੇ ਦਫ਼ਤਰ ਨੇ ਵੀਰਵਾਨ ਨੂੰ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਮੋਵੇ ਕਾਉਂਟੀ ਦੇ ਅਧਿਕਾਰੀਆਂ ਤੇ ਪਸ਼ੂ ਕੰਟਰੋਲ ਅਧਿਕਾਰੀਆਂ ਨੂੰ 3 April ਨੂੰ ਇੱਕ ਗੈਰੇਜ ਦੇ ਫ੍ਰੀਜ਼ਰ ਦੇ ਵਿੱਚ ਜਾਨਵਰਾਂ ਦੇ ਵਿਸ਼ੇਸ਼ ਮਿਲੇ ਨੇ ਇਸ ਤੋਂ ਪਹਿਲਾਂ ਇੱਕ ਔਰਤ ਨੇ ਸ਼ਿਕਾਇਤ ਕੀਤੀ ਹੈ ਕਿ 43 ਸਾਲਾ ਵਾਪਸ ਨਹੀਂ ਕੀਤਾ ਜੋ ਉਸ ਦੇ ਪ੍ਰਜਨਨ ਦੇ ਲਈ ਦੋਸ਼ੀ ਨੂੰ ਸੌਂਪੇ ਸਨ। ਗੈਰਸ ਫਰੀਜ਼ਰ ਦੂਦ ਰਾਡੇ ਅਰੀਜ਼ੋਨਾ ਦੀ ਗੋਲਡਨ ਵੈਲੀ ਦੇ ਵਿੱਚ ਇੱਕ ਵਿਅਕਤੀ ਦੇ ਪੁਰਾਣੇ ਕਾਰ ਦੇ ਵਿੱਚ ਸੀ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਨਾ ਜਾਨਵਰਾਂ ਦੇ ਵਿੱਚ ਕੁੱਤੇ, ਕਛੂ, ਕਿਰਲੀ, ਪੰਛੀ, ਸੱਪ, ਚੂਹੇ ਤੇ ਖਰਗੋਸ਼ ਸ਼ਾਮਲ ਨੇ ਬਿਆਨ ਅਨੁਸਾਰ ਜਿਹਾ ਲੱਗਦਾ ਹੈ ਕਿ ਕਈ ਜਾਨਵਰ ਜਿੰਦਾ ਜੰਮ ਗਏ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਘਰ ਦੇ ਮਾਲਕ ਨੂੰ ਕਥਤ ਤੌਰ ਦੇ ਉੱਤੇ ਟਰਲੈਂਡ ਉਸਦੀ ਪਤਨੀ ਦੇ ਵੱਲੋਂ ਸੰਪਤੀ ਖਾਲੀ ਕਰਨ ਦੇ ਬਾਅਦ ਸਫਾਈ ਕਰਦੇ ਹੋਏ ਜੰਮੇ ਹੋਏ ਜਾਨਵਰਾਂ ਦਾ ਪਤਾ ਲੱਗਾ ਤੇ ਫਿਰ ਉਸਨੇ ਉਸ ਔਰਤ ਦੇ ਨਾਲ ਸੰਪਰਕ ਕੀਤਾ ਜਿਸ ਨੇ ਸ਼ਹਿਰ ਦੇ ਦਫ਼ਤਰ ਨੂੰ ਸੂਚਿਤ ਕੀਤਾ ਸੀ ਦਫ਼ਤਰ ਨੇ ਕਿਹਾ ਕਿ ਟਰਲੈਂਡ ਨੂੰ ਬੁੱ ਦੇ ਅੰਦਰ ਦੇ ਵਿੱਚ ਕੁਝ ਜਾਨਵਰਾਂ ਨੂੰ ਫਰੀਜ਼ਰ ਦੇ ਵਿੱਚ ਜਿੰਦਾ ਰੱਖਣ ਦੀ ਗੱਲ ਸਵੀਕਾਰ ਕੀਤੀ ਹੈ ਉਧਰ ਅਮਰੀਕਾ ਦੇ ਵਿੱਚ ਚਾਰ ਸਿੱਖਾਂ ਨੇ ਦਾੜੀ ਰੱਖਣ ਤੋਂ ਇਨਕਾਰ ਕਰਨ ਦੇ ਮਰੀਨ ਕੋਰ ਖਿਲਾਫ ਅਦਾਲਤ ਦਾ ਰੁਕ ਕੀਤਾ ਇਹਨਾਂ ਦੇ ਵਿੱਚੋਂ ਇੱਕ ਮਰੀਨ ਕੋਰ ਦੇ ਵਿੱਚ ਕੈਪਟਨ ਸੁਖਬੀਰ ਸਿੰਘ ਤੂਰ ਵੀ ਸ਼ਾਮਲ ਹੈ ਜਿਸ ਨੇ ਪਿਛਲੇ 1 ਸਾਲ ਤੋਂ ਦਾੜੀ ਅਤੇ ਪੱਗ ਬੰਨਣ ਦੀ ਮੁਹਿੰਮ ਚਲਾਈ ਸੀ ਜਿਸ ਤੋਂ ਬਾਅਦ ਮਰੀਨ ਕੋਰ ਨੇ ਉਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਸੀ ਹਾਲਾਂਕਿ ਹਾਲੇ ਦੇ ਵਿੱਚ ਮਰੀਨ ਕੋਰ ਤੂਰ ਨੇ ਕਿਸੇ ਵੀ ਸਿੱਖ ਨੂੰ ਲੜਾਈ ਦੇ ਮੋਰਚੇ ਤੇ ਤਾਂ ਨਾਤੀ ਜਾਂ ਫਿਰ ਬੂਟ ਕੈਂਪ ਦੌਰਾਨ ਦਾੜੀ ਰੱਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਮਰੀਨ ਕੋਰ ਨੇ ਕਿਹਾ ਕਿ ਦਾੜੀ ਕੋਰ ਦੇ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ ਤੇ ਜਾਨ ਨੂੰ ਵੀ ਖਤਰੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਵਿੱਚ ਮਰੀਨ ਕੋਰ ਦੇ ਖਿਲਾਫ ਕੇਸ ਧਾਰਕ ਕੀਤਾ ਉਹਨਾਂ ਨੇ ਕਿਹਾ ਕਿ ਕੋਰ ਦੇ ਦੁਆਰਾ ਧਾਰਮਿਕ ਛੋਟ ਦੇਣ ਤੋਂ ਇਨਕਾਰ ਮਨਮਾਨੀ ਅਤੇ ਪੱਖਪਾਤੀ ਤੇ ਧਰਮ ਦੀ ਮੁਕਤ ਪਾਲਣਾ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ ਦੂਰ ਦੇ ਨਾਲ ਮਿਲ ਕੇ ਮੁਕਦਮਾ ਧਾਰਨ ਕਰਨ ਵਾਲੇ ਤਿੰਨ ਸਿੱਖਾਂ ਦਾ ਕਹਿਣਾ ਹੈ ਕਿ ਬੂਟ ਕੈਂਪ ਦੇ ਦੌਰਾਨ ਉਹਨਾਂ ਨੂੰ ਦਾੜੀ ਕੱਟਣ ਲਈ ਕਿਹਾ ਗਿਆ ਸੀ ਯੂਐਸ ਮਰੀਨ ਨੂੰ ਬੂਟ ਕੈਂਪ ਦੇ ਵਿੱਚ ਮੁੱਢਲੀ ਸਿੱਖਲਾਈ ਦਿੱਤੀ ਜਾਂਦੀ ਹੈ ਦੂਜੇ ਪਾਸੇ ਨਿਊਯਾਰਕ ਦੇ ਵਿੱਚ ਸਿੱਖ ਪਾਈਚਾਰ ਦੇ ਦੋ ਵਿਅਕਤੀਆਂ ਤੇ ਹਮਲੇ ਦੀ ਖਬਰ ਸੀ ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਮੁਤਾਬਕ ਲਗਿਆ 10 ਦਿਨਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਸ ਖੇਤਰ ਦੇ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਤੇ ਹਮਲੇ ਦੀ ਇਹ ਦੂਜੀ ਘਟਨਾ ਹੈ ਨਿਊਯਾਰਕ ਦੇ ਵਿੱਚ ਭਾਰਤ ਦੇ ਕੌਂਸਲਰ ਜਨਰਲ ਨੇ ਟਵੀਟ ਕੀਤਾ ਕਿ ਰਚਮੰਟ ਹिल्स ਨਿਊਯਾਰਕ ਦੇ ਵਿੱਚ ਸਿੱਖ ਭਾਈਚਾਰੇ ਦੇ ਦੋ ਮੈਂਬਰ ਅਤੇ ਹਮਲਾ ਨਿੰਦਣਯੋਗ ਹੈ ਅਸੀਂ ਇਸ ਮਾਮਲੇ ਦੇ ਸੰਬੰਧੀ ਸਥਾਨਕ ਅਧਿਕਾਰੀਆਂ ਦੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਦੇ ਨਾਲ ਸੰਪਰਕ ਕੀਤਾ ਕੌਂਸਲਰ ਜਨਰਲ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਘਟਨਾ ਸੰਬੰਧੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਸੀਂ ਭਾਈਚਾਰੇ ਦੇ ਲੋਕਾਂ ਦੇ ਸੰਪਰਕ ਦੇ ਵਿੱਚ ਆ ਤੇ ਪੀੜਤਾ ਦੀ ਹਰ ਤਰ੍ਹਾਂ ਮਦਦ ਕਰਨ ਲਈ ਵੀ ਉਤੇ ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ 18 ਸਾਲ ਅਤੇ ਇਸ ਤੋਂ ਬਾਅਦ ਉਮਰ ਦੇ ਲੋਕਾਂ ਨੂੰ 1 ਅਪ੍ਰੈਲ ਤੋਂ ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਦੇ ਉੱਤੇ ਬਣਾਏ ਗਏ ਵੈਕਸੀਨੇਸ਼ਨ ਕਲੀਨਿਕ ਦੇ ਉੱਤੇ ਨੋਵਾ ਵੈਕਸ ਵੈਕਸੀਨ ਦੇ ਲਈ ਸ਼ੁਰੂ ਕਰੇਗੀ ਇਸ ਵੈਕਸੀਨ ਨੂੰ ਟੋਰਾਂਟੋ ਪਬਲਿਕ ਹੈਲਥ ਦੀ ਵੈੱਬਸਾਈਟ ਦੇ ਉੱਤੇ ਬੁੱਕ ਕੀਤਾ ਜਾ ਸਕਦਾ ਹੈ ਤਾਂ ਜਾਫਰ ਡਾਕਟਰਾਂ ਦੇ ਰੈਫਰਲ ਰਾਹੀਂ ਲਗਾਇਆ ਜਾ ਸਕਦਾ ਹੈ ਜਿਹੜੇ ਲੋਕ 18 ਸਾਲ ਔਰ ਇਸ ਤੋਂ ਬਾਅਦ ਉਮਰ ਦੇ ਨੇ ਉਸ ਸੂਰਤ ਦੇ ਵਿੱਚ ਨੋਵਾ ਵੈਕਸ ਵੈਕਸੀਨ ਲਵਾ ਸਕਦੇ ਨੇ ਜੇ ਉਹਨਾਂ ਨੂੰ ਕੋਈ ਅਲਰਜੀ ਜਾਂ ਫਿਰ ਐਮ ਆਰਐਨ ਵੈਕਸੀਨ ਤੇ ਕੋਈ ਦਿੱਕਤ ਹੈ ਵੀਰਵਾਰ ਜਿਹਨਾਂ ਨੇ ਕਿਸੇ ਕਾਰਨ ਐਮ ਆਰ ਐਨ ਏ ਵੈਕਸੀਨ ਨਾਲ ਲਗਵਾਉਣ ਦਾ ਫੈਸਲਾ ਕੀਤਾ ਹੋਵੇਗਾ ਅਧਿਕਾਰੀਆਂ ਨੇ ਵੀ ਕਿਹਾ ਕਿ ਵੈਕਸੀਨ ਪ੍ਰੋਟੀਨ ਸਬ ਯੂਨਟ ਵੈਕਸੀਨ ਹੈ ਜਿਹੜੀ ਪ੍ਰੋਟੀਨ ਦੇ ਨਿੱਕੇ ਟੁਕੜਿਆਂ ਦੀ ਵਰਤੋਂ ਕਰਕੇ ਸਾਡੇ ਇਮਿਊਨ ਸਿਸਟਮ ਨੂੰ ਜਹੀਆਂ ਐਂਟੀਬਾਡੀਜ਼ ਬਣਾਉਣਾ ਸਿਖਾਉਂਦੀ ਹੈ ਜਿਹੜੀਆਂ ਕੋਵਿਡ 19 ਦੀ ਪਛਾਣ ਕਰਕੇ ਉਸ ਨਾਲ ਲੜ ਸਕਣ ਇਹ ਇਨਫਲੂਐza ਦੀ ਹੋਰਨਾ ਵੈਕਸੀਨਸ ਵਾਂਗ ਹੀ ਕੰਮ ਕਰਦੀ ਹੈ ਨੋਵਾ ਵੈਕਸ ਵੈਕਸੀਨ ਨੂੰ ਹੈਲਥ ਕੈਨੇਡਾ ਦੇ ਵੱਲੋਂ ਫਰਵਰੀ 2022 ਦੇ ਵਿੱਚ ਮਨਜ਼ੂਰੀ ਦਿੱਤੀ ਗਈ ਬਿਹਤਰ ਨਤੀਜਿਆਂ ਦੇ ਲਈ ਇਸ ਦੀਆਂ ਦੋ ਡੋਜ਼ਾਂ 8 ਹਫ਼ਤਿਆਂ ਦੇ ਫਰਕ ਦੇ ਨਾਲ ਦੇਣ ਦੀ ਸਿ ਉਦਰ ਕੈਨੇਡਾ ਦੇ ਵੱਲੋਂ ਵੀਰਵਾਨ ਨੂੰ ਬ੍ਰਿਟਿਸ਼ ਡਰਗ ਨਿਰਮਾਤਾ ਐਸਟਰਾ ਜੈਨੇਕਾ ਦੀ ਐਂਟੀਬਾਡੀਕ ਅਧਾਰਿਤ ਥੈਰੇਪੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕੋਵਿਡ-19 ਦੇ ਖਿਲਾਫ ਸਰਕਾਰ ਨੂੰ ਹੁਣ ਇੱਕ ਹੋਰ ਹਥਿਆਰ ਮਿਲ ਗਿਆ ਹੈ ਹੈਲਥ ਕੈਨਡਾ ਦੇ ਵੱਲੋਂ ਐਵੋਸ਼ੂਲਡ ਨੂੰ 12 ਸਾਲ ਤੋਂ ਔਰ ਇਸ ਤੋਂ ਵੱਧ ਉਮਰ ਦੇ ਉਹਨਾਂ ਵਿਅਕਤੀਆਂ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ ਜਿਹੜੇ ਇਮਿਊਨ ਕੰਪਰੋਮਾਈਜ਼ਡ ਹਨ ਇਹ ਉਹਨਾਂ ਲੋਕਾਂ ਨੂੰ ਲਗਾਈ ਜਾ ਸਕੇਗੀ ਜਿਨ੍ਹਾਂ ਦਾ ਕੋਵਿਡ-19 ਪ੍ਰਤੀ ਇਮਿਊਨ ਰਿਸਪੌਂਸ ਠੁਕਵਾ ਨਹੀਂ ਜਾਂ ਫਿਰ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨੇਸ਼ਨ ਦੀ ਸਿਫਾਰਿਸ਼ ਨਹੀਂ ਕੀਤੀ ਗਈ ਐਵੋਸ਼ੂਲਡ ਦੇ ਵਿੱਚ ਲੇ ਸ਼ਰੀਰ ਦੇ ਵਿੱਚ ਪਾਈਆਂ ਰਹਿੰਦੀਆਂ ਨੇ ਇਹਦੇ ਵਾਇਰਸ ਆਉਣ ਦੀ ਸੂਰਤ ਦੇ ਵਿੱਚ ਸ਼ਰੀਰ ਨੂੰ ਬਚਾਉਂਦੀਆਂ ਨੇ ਇਸ ਥੈਰੇਪੀ ਨੂੰ ਅਮਰੀਕਾ ਦੇ ਵਿੱਚ ਪਹਿਲਾਂ ਹੀ ਮਾਨਤਾ ਦਿੱਤੀ ਜਾ ਚੁੱਕੀ ਹੈ ਤੇ ਯੂਰੋਪੀਅਨ ਮੈਡੀਸਿਨਸ ਏਜੰਸੀ ਦੇ ਵੱਲੋਂ ਵੀ ਇਸ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਗਈ ਹੈ ਉਧਰ ਇੱਕ ਗੱਡੀ ਦੇ ਵਿੱਚੋਂ 280 ਕਿਲੋ ਡਰੱਗਸ ਮਿਲਣ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਇੱਕ 29 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਪ੍ਰੋਵਿੰਸ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਫੜੇ ਗਏ ਡਰੱਗਸ ਦੀ ਖੇਪ ਹੈ ਵੀਰਵਾਰ ਨੂੰ ਕੀਤੀ ਗਈ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਸਟਾਫ ਸੁਪਰਟੈਂਡੈਂਟ ਲੋਰੈਂ ਪੌਗ ਨੇ ਆਖਿਆ ਕਿ ਹਾਲਾਂਕਿ ਇਸ ਤੋਂ ਪਹਿਲਾਂ ਵੀ ਵੱਡੀ ਮਾਤਰਾ ਦੇ ਵਿੱਚ ਨਸ਼ੇ ਫੜੇ ਜਾ ਚੁੱਕੇ ਨੇ ਪਰ ਕਈ ਮਹੀਨਿਆਂ ਦੇ ਵਕਫੇ ਦੇ ਨਾਲ ਫੜੇ ਜਾਂਦੇ ਰਹੇ ਹਨ ਪਰ ਇੱਕ ਵਿਅਕਤੀ ਤੋਂ ਇੱਕ ਦਿਨ ਦੇ ਵਿੱਚ ਇੰਨੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਪਹਿਲੀ ਵਾਰ ਫੜਿਆ ਗਿਆ ਉਹਨਾਂ ਦੇ ਸਾਹਮਣੇ ਜਾਂਚ ਕਰਤਾ ਦੇ ਵੱਲੋਂ 1 ਕਿਲੋ ਕ੍ਰਿਸਟਲ ਮੈਥਾਫੈਟਾ ਮਾਈਨ ਜਿਸ ਦੀ ਕੁੱਲ ਕੀਮਤ 28 ਮਿਲੀਅਨ ਡਾਲਰ ਹੋਣ ਦੀ ਸੰਭਾਵਨਾ ਰੱਖੀ ਗਈ ਹੈ। ਪੋਕ ਦੇ ਅਨੁਸਾਰ ਬੀਤੇ ਦਿਨੀ ਟੋਰਾਂਟੋ ਪੁਲਿਸ ਦੀ ਡਰੱਗ ਸਕੁਐਡ ਦੇ ਮੈਂਬਰਾਂ ਦੇ ਵੱਲੋਂ ਯੰਗ ਸਟਰੀਟ ਤੇ ਦ ਅਸਪਲੇਨੇਡ ਨੇੜੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਕ 29 ਸਾਲਾ مشਕੂਕ ਨੂੰ ਅੰਡਰਗਰਾਉਂਡ ਪਾਰਕਿੰਗ ਲੋਡ ਦੇ ਵਿੱਚ ਰੋਕਿਆ ਗਿਆ। ਉਸ ਦੇ ਕੋਲ 50 ਕਿਲੋ ਕੋਕੀਨ ਪਾਊਡਰ ਮਿਲਿਆ। ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਵਾਰੰਟ ਹਾਸਲ ਕਰਨ ਤੋਂ ਬਾਅਦ ਜਾਂਚ ਕਰਤਾ ਨੇ مشਕੂਕ ਦੇ ਨਾਲ ਸੰਬੰਧਿਤ ਇੱਕ ਕੈਂਡੋ ਯੂਨਿਟ ਦੀ ਤਲਾਸ਼ੀ ਦੇ ਲਈ ਜਿੱਥੇ ਉਹਨਾਂ ਨੂੰ ਵੱਡੀ ਮਾਤਰਾ ਦੇ ਆਖਿਆ ਕਿ ਪੁਲਿਸ ਦਾ ਵੀ ਮੰਨਣਾ ਹੈ ਕਿ ਇਸ ਕਾਰਨ ਨਸ਼ੇ ਲੁਕਾਉਣ ਦੇ ਲਈ ਵੀ ਵਰਤਿਆ ਜਾ ਰਿਹਾ ਹੈ ਇਹਨਾਂ ਨਸ਼ਾ ਤੋਂ ਬਿਨਾ مشਕੂਕ ਦੇ ਘਰ 50000 ਡਾਲਰ ਵੀ ਬਰਾਮਦ ਹੋਏ ਉਸ ਦੀ ਗੱਡੀ ਦੇ ਵਿੱਚ ਇੱਕ ਟਰੈਪ ਵੀ ਬਣਾਇਆ ਹੋਇਆ ਹੈ ਪੁਲਿਸ ਦੇ ਮੁਤਾਬਕ ਉਸ ਦੇ ਵਿੱਚ ਨਸ਼ੇ ਦੇ ਹਥਿਆਰ ਸਪਲਾਈ ਕੀਤੇ ਜਾਂਦੇ ਹੋਣਗੇ ਮਾਨ ਨੇ ਵੀ ਆਖਿਆ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਇਕੱਲਿਆਂ ਕੰਮ ਕਰ ਰਿਹਾ ਹੋਵੇਗਾ ਪਰ ਇਸ ਸਮੇਂ ਉਹਨਾਂ ਦੇ ਕੋਲ ਉਸ ਦੇ ਸਾਥੀਆਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ مشਕੂਕ ਦੀ ਪਛਾਣ ਪੁਲਿਸ ਦੇ ਵੱਲੋਂ ਦਿਵਾਂਤ ਮੋਰਜ਼ ਦੇ ਵਿੱਚੋਂ ਕੀਤੀ ਗਈ ਹੈ ਉਦਰ ਚੀਨ ਨੂੰ ਸਖਤ ਸੰਦੇਸ਼ ਜਿੰਦਿਆਂ ਹੋਇਆ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਨੂੰ ਕਿਸੇ ਨੇ ਨੁਕਸਾਨ ਪਹੁੰਚਾਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤ ਇੱਕ ਸ਼ਕਤੀਸ਼ਾਲੀ ਦੇਸ਼ ਦੇ ਤੌਰ ਤੇ ਉੱਭਰਿਆ ਹੈ ਤੇ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਦੇ ਵਿੱਚੋਂ ਇੱਕ ਬਣਨ ਦੇ ਲਈ ਵੀ ਤਿਆਰ ਹੈ ਸਿੰਘ ਨੇ ਸੈਨ ਫਰਾਂਸਿਸਕੋ ਦੇ ਵਿੱਚ ਭਾਰਤੀ ਅਮਰੀਕੀ ਸਮੂਹ ਨੂੰ ਸੰਬੋਧਨ ਕਰਦਿਆਂ ਹੋਇਆ ਅਮਰੀਕਾ ਨੂੰ ਇੱਕ ਸੂਖਮ ਸੰਦੇਸ਼ ਵੀ ਦਿੱਤਾ ਤੇ ਭਾਰਤ ਜ਼ੀਰੋ ਸਮ ਗੇਮ ਦੀ ਕੂਟਨੀਤੀ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਕਿਸੇ ਇੱਕ ਦੇਸ਼ ਦੇ ਨਾਲ ਉਸ ਦੇ ਸੰਬੰਧ ਦੂਜੇ ਦੇਸ਼ ਦੀ ਕੀਮ ਹੋਏ ਨੁਕਸਾਨ ਦੇ ਬਰਾਬਰ ਦੂਜੇ ਪੱਖ ਨੂੰ ਲਾਭ ਹੁੰਦਾ ਰੱਖਿਆ ਮੰਤਰੀ ਭਾਰਤ ਅਮਰੀਕਾ ਦੇ ਦਰਮਿਆਨ ਵਾਸ਼ਿੰਗਟਨ ਡੀਸੀ ਦੇ ਵਿੱਚ ਆਯੋਜਿਤ 2+2 ਮੰਤਰੀ ਪੱਧਰੀ ਗੱਲਬਾਤ ਦੇ ਵਿੱਚ ਹਿੱਸਾ ਲੈਣ ਦੇ ਇਥੇ ਆਏ ਸਨ ਇਸ ਤੋਂ ਬਾਅਦ ਉਹਨਾਂ ਨੇ ਹਵਾਈ ਅਤੇ ਫਿਰ ਸੈਨ ਫਰਾਂਸਿਸਕੋ ਦੀ ਯਾਤਰਾ ਕੀਤੀ ਸਿੰਘ ਨੇ ਵਿਦਵਾਨ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਭਾਰਤੀ ਪੰਚ ਦੂਤਕਾਰ ਦੇ ਵੱਲੋਂ ਉਹਨਾਂ ਦੇ ਸਨਮਾਨ ਦੇ ਵਿੱਚ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਹੋਇਆਂ ਚੀਨ ਦੇ ਨਾਲ ਸਰਹੱਦ ਤੇ ਭਾਰਤੀ ਫੌਜਾਂ ਦੁਆਰਾ ਦਿਖਾਈ ਗਈ ਬਹਾਦਰੀ ਦਾ ਜ਼ਿਕਰ ਵੀ ਕੀਤਾ ਰੱਖਿਆ ਮੰਤਰੀ ਨੇ ਕਿਹਾ ਕਿ ਖੁੱਲਕੇ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਕੀ ਕੀਤਾ ਅਤੇ ਅਸੀਂ ਕੀ ਫ ਇਕ ਸੰਦੇਸ਼ ਗਿਆ ਹੈ ਕਿ ਭਾਰਤ ਨੂੰ ਜੇਕਰ ਕੋਈ ਛੇੜਦਾ ਹੈ ਤਾਂ ਭਾਰਤ ਉਸ ਨੂੰ ਛੱਡੇਗਾ ਨਹੀਂ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਕਿ 16 April ਨੂੰ ਸੂਬੇ ਦੇ ਲੋਕਾਂ ਨੂੰ 300 ਯੂਨਟ ਤੱਕ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਗੱਲ ਦਾ ਐਲਾਨ ਮੁੱਖ ਮੰਤਰੀ ਥੋੜੀ ਦੇਰ ਦੇ ਵਿੱਚ ਜਾਰੀ ਕਰਕੇ ਵੀਡੀਓ ਦੇਣਗੇ ਇਸ ਐਲਾਨ ਦੇ ਸਬੰਧ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਾਰੀ ਕੀਤੇ ਹੋਏ ਨੇ ਤੋਂ ਅੰਦਾਜ਼ੇ ਕਿ ਅੱਜ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਇੱਕ ਮਹੀਨਾ ਪੂਰਾ ਹੋ ਚੁੱਕਿਆ ਮੁੱਖ ਮੰਤਰੀ ਨੇ ਲੋਕਾਂ ਨਾਲ ਕਿਤੇ ਬਹੁਤ ਸਾਰੇ ਵਾਅਦੇ ਇੱਕ ਮਹੀਨੇ ਦੇ ਅੰਦਰ ਪੂਰੇ ਕੀਤੇ ਨੇ ਬੀਤੇ ਦਿਨੀ ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ ਪੰਜਾਬ ਦੇ ਵਿੱਚ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਦੇ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਧਰ ਭਾਰਤ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਤੋਂ ਕਣਕ ਦੀ ਸਭ ਤੋਂ ਵੱਧ ਦਰਾਮਤ ਕਰਨ ਵਾਲੇ ਦੇਸ਼ ਮਿਸਰ ਨੇ ਭਾਰਤ ਨੂੰ ਕਣਕ ਸਪਲਾਈ ਕਰਤਾ ਦੇ ਵਿੱਚੋਂ ਮਨਜ਼ੂਰੀ ਦਿੱਤੀ ਹੈ ਰੂਸ ਅਤੇ ਯੂਕਰੇਨ ਦੇ ਦਰਮਿਆਨ جاری ਸੰਘਰਸ਼ ਦੇ ਕਾਰਨ ਕਮਾਂਤੀ ਬਾਜ਼ਾਰਾਂ ਦੇ ਵਿੱਚ ਕਣਕ ਦੀ ਉਪਲਬਧਤਾ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆਈ ਹੈ ਇਹ ਦੋਵੇਂ ਹੀ ਦੇਸ਼ ਕਣਕ ਦੇ ਪ੍ਰਮੁੱਖ ਉਤਪਾਦਕ ਅਤੇ ਬਰਾਮਦਕਾਰ ਨੇ ਮਿਸਰ ਨੇ 2020 ਦੇ ਵਿੱਚ ਰੂਸ ਤੋਂ 1.8 ਅਰਬ ਡਾਲਰ ਦੇ ਤੇ ਯੂਕਰੇਨ ਤੋਂ 4.08 ਕਰੋੜ ਕਣਕ ਦੀ ਡਾਲਰ ਦੀ ਕਣਕ ਦਰਾਮਤ ਕੀਤੀ ਹੈ ਹੁਣ ਮਿਸਰ ਭਾਰਤ ਤੋਂ 10 ਲੱਖ ਟਨ ਕਣਕ ਦੀ ਦਰਾਮਤ ਕਰਨਾ ਚਾਹ ਇਹਨਾਂ 200 ਟਨ ਕਣਕ ਦੀ ਲੋਡ ਹੋਵੇਗੀ। ਗੋਇਲ ਨੇ ਟਵੀਟ ਕੀਤਾ ਹੈ ਕਿ ਭਾਰਤੀ ਕਿਸਾਨ ਦੁਨੀਆ ਦਾ પેટ ਭਰਦੇ ਰਹੇ ਨੇ। ਮਿਸਰ ਨੇ ਭਾਰਤ ਨੂੰ ਕਣਕ ਸਪਲਾਈ ਕਰਤਾ ਦੇ ਵਜੋਂ ਮਨਜ਼ੂਰੀ ਦਿੱਤੀ ਹੈ। ਦੁਨੀਆ ਲਗਾਤਾਰ ਖੁਰਾਕ ਸਪਲਾਈ ਦੇ ਭਰੋਸੇਮੰਦ ਬਦਲ ਸਰੋਤ ਦੀ ਖੋਜ ਦੇ ਵਿੱਚ ਹੈ ਜਜਹੇ ਦੇ ਵਿੱਚ ਮੋਦੀ ਸਰਕਾਰ ਗਿਆਈ ਹੈ। ਸਾਡੇ ਕਿਸਾਨਾਂ ਨੇ ਭੰਡਾਰਾ ਨੂੰ ਪਾਰ ਰੱਖਿਆ ਤੇ ਅਸੀਂ ਦੁਨੀਆ ਦੀ ਸੇਵਾ ਕਰਨ ਦੇ ਲਈ ਤਿਆਰ ਹਾਂ। April 2021 ਤੋਂ January 2022 ਦੇ ਦਰਮਿਆਨ ਭਾਰਤ ਦੀ ਕਣਕ ਬਰਾਮਦ ਵਧ ਕੇ 1.74 ਅਰਬ ਡਾਲਰ ਦੀ ਹੋ ਚੁੱਕੀ ਹੈ। ਪਿਛਲੇ ਵਿੱਤੀ ਸਾਲ ਦੀ ਇਸ ਮਿਆਦ ਦੇ ਵਿੱਚ ਇਹ 34117 ਕਰੋੜ ਡਾਲਰ ਸੀ। 2019- ਸ਼ਮਲਵ ਇਕੱਤਰ 4 ਕਰੋੜ ਡਾਲਰ ਦੀ ਸੀ ਜੋ ਕਿ 21 21 ਦੇ ਵਿੱਚ ਵਧ ਕੇ 54.967 ਕਰੋੜ ਡਾਲਰ ਹੋ ਗਈ ਹੈ ਭਾਰਤ ਕਣਕ ਦੀ ਬਰਾਮਦ ਮੁਕਤੋਰ ਤੇ ਗੁਆਂਡੀ ਦੇਸ਼ਾਂ ਨੂੰ ਕਰਦਾ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਚ 54% ਦੀ ਬਰਾਮਦ ਬੰਗਲਾਦੇਸ਼ ਨੂੰ ਕੀਤੀ ਜਾਂਦੀ ਹੈ ਭਾਰਤ ਯਮਨ afghanistan ਕਤਰ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੇ ਨਵੇਂ ਕਣਕ ਬਾਜ਼ਾਰ ਤੇ ਵਿੱਚ ਐਂਟਰੀ ਵੀ ਕੀਤੀ ਹੈ 2020 ਕੀ ਦੇ ਵਿੱਚ ਭਾਰਤ ਤੋਂ ਕਣਕ ਦੀ ਬਰਾਮਦ ਕਰਨ ਵਾਲੇ ਚੋਟੀ ਦੇ 10 ਦੇਸ਼ਾਂ ਦੇ ਵਿੱਚ ਬੰਗਲਾਦੇਸ਼ ਨੇਪਾਲ ਸੰਯੁਕਤ ਅਰਬ ਅਮੀਰਾਤ ਸ਼੍ਰੀਲੰਕਾ ਯਮਨ afghanistan ਕਤਰ ਇੰਡੋਨੇਸ਼ੀਆ ਉਮਾਨ ਤੇ ਮਲੇਸ਼ੀਆ ਹਨ ਦੁਨੀਆ ਦੀ ਕੁੱਲ ਕਣਕ ਮਦੇ ਵਿੱਚ ਭਾਰਤ ਦੀ ਹਿੱਸੇਦਾਰੀ ਕੁフィਜ਼ੀ ਤੋਂ ਵੀ ਘਟ ਹੈ ਹਾਲਾਂਕਿ ਉਸ ਦੀ ਹਿੱਸੇਦਾਰੀ 2016 ਦੇ ਵਿੱਚ 0.4% ਤੋਂ 2020 ਦੇ ਵਿੱਚ ਵੱਧ ਕੇ 0.54% ਹੋ ਗਈ ਹੈ ਭਾਰਤ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਅਤੇ ਦੁਨੀਆ ਦੇ ਵਿੱਚ 2020 ਦੇ ਵਿੱਚ ਕਣਕ ਦੇ ਕੁੱਲ ਉਤਪਾਦਨ ਦੇ ਵਿੱਚ ਉਸ ਦੀ ਹਿੱਸੇਦਾਰੀ ਕਰੀਬ 14.4% ਹੈ ਉਧਰ ਪ੍ਰਧਾਨ ਮੰਤਰੀ ਮੋਦੀ ਹਨੂਮਾਨ ਜਯੰਤੀ ਦੇ ਮੌਕੇ ਤੇ ਸ਼ਨੀਵਾਰ ਨੂੰ ਗੁਜਰਾਤ ਦੇ ਮੋਰਬੀ ਦੇ ਵਿੱਚ ਭਗਵਾਨ ਹਨੂਮਾਨ ਦੀ 108 ਫੁੱਟ ਦੀ ਮੂਰਤੀ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਮੂਰਤੀ ਹਨੂਮਾਨ ਜੀ ਚਾਰ ਧਾਮ ਯੋਜਨਾ ਦੇ ਤਹਿਤ ਦੇਸ਼ ਭਰ ਦੇ ਵਿੱਚ ਚਾਰ ਦਿਸ਼ਾਵਾਂ ਦੇ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਚਾਰ ਮੂਰਤੀਆਂ ਦੇ ਵਿੱਚੋਂ ਦੂਜੀ ਹੈ ਮੂਰਤੀ ਦੀ ਸਥਾਪਨਾ ਮੋਰਬੀ ਦੇ ਬਾਪੂ ਕੇਸ਼ਵਾਨੰਦ ਆਸ਼ਰਮ ਵਿੱਚ ਕੀਤੀ ਗਈ ਹੈ ਇਸ ਲੜੀ ਦੀ ਪਹਿਲੀ ਮੂਰਤੀ ਸਾਲ 2010 ਦੇ ਵਿੱਚ ਉੱਤਰ ਦਿਸ਼ਾ ਦੇ ਵਿੱਚ ਯਾਨੀ ਕਿ ਸ਼ਿਮਲਾ ਦੇ ਵਿੱਚ ਸਥਾਪਿਤ ਕੀਤੀ ਗਈ ਇਸ ਤੋਂ ਬਾਅਦ ਦੱਖਣ ਦਿਸ਼ਾ ਦੇ ਵਿੱਚ ਇਹ ਮੂਰਤੀ ਰਾਮੇਸ਼ਵਰਨ ਦੇ ਵਿੱਚ ਸਥ ਮੋrb ਦੇ ਪਿੰਡ ਬੇਲਾ ਨੇੜੇ ਖੋਖਰਾ ਧਾਮ ਵਿਖੇ ਹਨੂਮਾਨ ਜੀ ਦੀ ਮੂਰਤੀ ਦੇ ਉਦਘਾਟਨ ਦੇ ਨਾਲ ਵਿਸ਼ਾਲ ਰਾਮ ਕਥਾ ਦਾ ਆਯੋਜਨ ਕੀਤਾ ਗਿਆ। ਇੱਕ ਕਥਾ ਸ਼ੁਕਰਵਾਰ ਨੂੰ ਸ਼ੁਰੂ ਹੋਈ। ਕਥਾ ਦੇ ਪਹਿਲੇ ਦਿਨ ਬੇਲਾਪਿੰਡ ਤੋਂ ਤਿੰਨ ਹਾਥੀਆਂ, 52 ਘੋੜਿਆਂ ਦੀਆਂ ਬੱਗੀਆਂ ਤੇ ਬਰਾਤ ਲੈ ਕੇ ਜਲੂਸ ਕੱਢਿਆ ਗਿਆ। ਸ਼ਨੀਵਾਰ ਨੂੰ ਖੋਖਰਾ ਧਾਮ ਦੇ ਵਿੱਚ ਕਨਕੇਸ਼ਵਰੀ ਦੇਵੀ ਜੀ ਦੇ ਮੋਹੋਂ ਰਾਮ ਕਥਾ ਦਾ ਪਾਠ ਕੀਤਾ ਗਿਆ। ਇਸ ਤੋਂ ਬਾਅਦ ਕਈ ਭਗਤੀ ਪ੍ਰੋਗਰਾਮ ਆਯੋਜਿਤ ਹੋਏ। ਭਗਤੀ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੇਸ਼ ਭਰ ਤੋਂ ਸਾਧੂ, ਸੰਤ ਖੋਖਰਾ ਧਾਮ ਪਹੁੰਚ ਚੁੱਕੇ ਹਨ। ਉਧਰ ਜੰਮੂ ਕਸ਼ਮੀਰ ਦੇ ਵਿਜਾਗਾਮੀ ਅਮਰਨਾਥ ਯਾਤਰਾ ਦੇ ਪ੍ਰਬ ਉਮੀਦਾ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਇਸ ਸਾਲ ਮਨਨਾਤੀ ਯਾਤਰਾ ਤੀਹ ਜੂਨ ਤੋਂ 11 ਅਗਸਤ ਤੱਕ ਚੱਲੇਗੀ ਤਾਂ ਅੰਦਾਜ਼ੇ ਕਿ 30 ਜੂਨ ਤੋਂ ਸ਼ੁਰੂ ਹੋ ਰਹੀ ਸਾਲਾਨਾ ਤਿੱਧ ਯਾਤਰਾ ਦੇ ਲਈ ਇਹ ਪਹਿਲੀ ਸੁਰੱਖਿਆ ਸਮੀਖਿਆ ਮੀਟਿੰਗ ਹੋਵੇਗੀ ਕਿਉਂ ਨਾ ਮਹਾਮਾਰੀ ਦੇ ਕਾਰਨ ਪਿਛਲੇ 2 ਸਾਲ ਤੋਂ ਯਾਤਰਾ ਦਾ ਆਯੋਜਨ ਨਹੀਂ ਕੀਤਾ ਜਾ ਸਕਿਆ ਯਾਤਰਾ ਦੇ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ ਕੁੱਲ 110 ਕੰਪਨੀਆਂ ਜਾਂ ਫਿਰ 10000 ਜਵਾਨਾਂ ਦੇ ਤਾਇਨਾਤ ਕੀਤੇ ਜਾਣ ਦੀ ਉਮੀਦ ਹੈ ਉੱਥੇ ਅਮਰਨਾਥ ਸ਼੍ਰਾਇਨ ਬੋਰਡ ਦੇ ਸੀਈਓ ਨਿਤਿਸ਼ਵਰ ਕੁਮਾਰ ਨੇ ਕਿਹਾ ਕਿ ਯਾਤਰੀਆਂ ਦੇ ਲਈ ਹੈਲੀਕਾਪਟਰ ਸੇਵਾ ਬਾਲਟਾਲ ਅਤੇ ਨ ਲੱਖ ਸਰਦਾਲੂਆਂ ਦੇ ਆਉਣ ਦੀ ਉਮੀਦ ਹੈ ਇਸ ਵਾਰ ਸਰਦਾਲੂਆਂ ਦਾ ਬੀਮਾ ਕਵਰ ਵੀ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ ਸਰਦਾਲੂ ਅਧਿਕਾਰਿਤ ਵੈਬਸਾਈਟ ਤੇ ਜਾ ਕੇ ਅਮਨਾਥ ਯਾਤਰਾ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ 11 April ਤੋਂ ਸ਼ੁਰੂ ਹੋ ਚੁੱਕੀ ਹੈ ਸਰਦਾਲੂ ਬੈਂਕ ਵੈਬਸਾਈਟ ਐਪਲੀਕੇਸ਼ਨ ਤੇ ਜਾ ਕੇ ਜਾਫਰ ਅਮਨਾਥੀ ਪਹੁੰਚ ਗਈ ਯਾਤਰਾ ਦੀ ਰਜਿਸਟ੍ਰੇਸ਼ਨ ਕਰ ਸਕਦੇ ਨੇ ਉਦ ਰੈਸਟੋਰੈਂਟ ਲਿਸਟਿੰਗ ਅਤੇ ਫੂਡ ਡਿਲੀਵਰੀ ਪਲੇਟਫਾਰਮ Zomato ਨੇ ਕਿਹਾ ਕਿ ਜੇ ਕੋਈ ਖਪਤਕਾਰ ਈਮੇਲ ਐਡਵਾਈਸਰੀ ਦੇ ਵਿੱਚ ਭੋਜਨ ਦੀ ਗੁਣਵੱਤਾ ਦੇ ਬਾਰੇ ਕੋਈ ਮੁੱਦਾ ਉਠਾਉਂਦਾ ਹੈ ਤਾਂ ਰੈਸਟੋਰੈਂਟ ਤੋਂ ਆਨਲਾਈਨ ਆਰਡਰ ਨੂੰ ਸਥਾਈ ਤੌਰ ਤੇ ਰੱਦ ਕਰ ਸਕਦੇ ਆ Zomato ਦੇ ਇਸ ਫੈਸਲੇ ਦੇ ਨਾਲ ਉਸ ਦੇ ਰੈਸਟੋਰੈਂਟ ਪਾਈ ਵਾਲਿਆਂ ਦੀਆਂ ਚਿੰਤਾਵਾਂ ਵੱਧ ਗਈਆਂ ਨੇ ਗੁਰੂਗ੍ਰਾਮ ਸਿਟ ਕੰਪਨੀ ਨੇ ਕਿਹਾ ਕਿ ਭੋਜਨ ਜਾਂ ਫਿਰ ਪੀਣ ਵਾਲੇ ਤਰਲ ਪਦਾਰਥਾਂ ਦੀ ਗੁਣਵੱਤਾ ਦੇ ਬਾਰੇ ਅੰਤਮ ਗਾਹਕ ਵੱਲੋਂ ਕੀਤੀ ਗਈ ਕੋਈ ਵੀ ਸ਼ਿਕਾਇਤ ਜੋ ਸੰਭਾਵਿਤ ਤੌਰ ਤੇ ਗਾਹਕਾਂ ਦੀ ਸਿਹਤ ਜਾਂ ਫਿਰ ਕਲਿਆਣ ਨੂੰ ਗੰਭੀਰ ਨੁਕਸਾਨ ਪਹੁੰਚ ਫੋੜ ਦੇ ਮੁਤਾਬਕ ਇਹ ਨੀਤੀ 18 April ਤੋਂ ਲਾਗੂ ਹੋਵੇਗੀ ਇਸ ਵਰ ਗਾਹਕ ਤੋਂ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ Zomato ਇਸ ਦੀ ਸਲੀਧ ਦਾ ਪਤਾ ਲਗਾਉਣ ਦੇ ਲਈ ਇੱਕ ਜਾਂਚ ਕਰੇਗਾ ਸ਼ਿਕਾਇਤ ਦੀ ਪ੍ਰਕਿਰਤੀ ਦੇ ਆਧਾਰ ਤੇ ਤੁਹਾਨੂੰ ਅਸਥਾਈ ਤੌਰ ਤੇ Zomato ਦੇ ਰਾਹੀਂ ਆਨਲਾਈਨ ਆਰਡਰ ਕਰਨ ਤੋਂ ਉਤੋਕ ਰਾਦ ਨਹੀਂ ਕੀਤਾ ਜਾ ਸਕਦਾ ਜਰੂਰ ਤੱਕ ਸੂਚੀ ਦੇ ਵਿੱਚ ਪਹਿਲਾ ਪੈਕ ਖਾਣ ਵਾਲੇ ਪਦਾਰਥਾਂ ਦੀ ਸੇਵਾ ਕਰਨ ਤੋਂ ਲੈ ਕੇ ਗਲਤ ਤਰੀਕੇ ਦੇ ਨਾਲ ਮਾਸਪਰੋਸਨ ਅਤੇ ਭੋਜਨ ਦੇ ਵਿੱਚ ਖਤਰਨਾਕ ਵਿਦੇਸ਼ੀ ਵਸਤਾਂ ਜਿਵੇਂ ਕਿ ਜਾਨਵਰਾਂ ਦੇ ਅੰਗਾਂ ਜਾਂ ਤੇਜ਼ ਜਾਂ ਫਿਰ ਨਾ ਖਾਣ ਯੋਗ ਵਸਤਾਂ ਦੀ ਹਾਜ਼ਰੀ ਸ਼ਾਮਲ ਹੈ ਇਸ ਦੇ ਵਿੱਚ ਸ਼ਾਕਾਹਾਰੀ ਜਾਂ ਫਿਰ ਮਾਸਾਹਾਰੀ ਭੋਜਨ ਪਰੋਸਨ ਜਾਫਰ ਸੜਿਆ ਹੋਇਆ ਭੋਜਨ ਵੀ ਸ਼ਾਮਿਲ ਹੈ ਐਡਵਾਈਜ਼ਰੀ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਦੇ ਵੱਲੋਂ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਜੋ ਕਿ 5 ਲੱਖ ਤੋਂ ਵੀ ਵੱਧ ਰੈਸਟੋਰੈਂਟਾਂ ਦੀ ਅਗਵਾਈ ਕਰਦਾ ਹੈ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਐਨ ਆਈਏ ਆਈ ਨੇ ਨੀਤੀ ਦੇ ਵਿੱਚ ਬਦਲਾਅ ਲਈ ਜ਼ਮੈਟੋ ਨੇ ਇੱਕ ਚਿੱਠੀ ਲਿਖੀ ਹੈ ਐਨ ਆਰ ਏ ਆਈ ਦੇ ਅਧਿਕਾਰੀਆਂ ਦਾ ਦੋਸ਼ ਹੈ ਕਿ ਇਹ ਨੀਤੀ ਆਪਣੀ ਤਰ੍ਹਾਂ ਪਹਿਲੀ ਹੈ ਜਿਸ ਨੂੰ ਰੈਸਟੋਰੈਂਟ ਦੀ ਸਲਾਹ ਤੋਂ ਬਿਨਾਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜ਼ਮੈਟੋ ਨੂੰ ਪਲੇਟਫਾਰਮ ਦੇ ਸੂਚੀਬੱਧ ਰੈਸਟੋਰੈਂਟਸ ਤੇ ਅਣਉਚਿਤ ਪ੍ਰਭਾਵ ਪਾਉਣ ਦੀ ਇਜਾਜ਼ਤ ਦਿੰਦਾ ਉਹਨਾਂ ਨੇ ਕਿਹਾ ਕਿ ਜ਼ ਕਿ ਇਹ ਨੀਤੀ ਆਪਣੀ ਤਰ੍ਹਾਂ ਦੀ ਪਹਿਲੀ ਹੈ ਜਿਸ ਨੂੰ ਰੈਸਟੋਰੈਂਟ ਦੀ ਸਲਾਹ ਤੋਂ ਬਿਨਾ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜ਼ੈਮੈਟੋ ਨ ਪਲੇਟਫਾਰਮ ਤੇ ਸੂਚੀਬੱਧ ਰੈਸਟੋਰੈਂਟ ਤੇ ਅਣਉਚਿਤ ਪ੍ਰਭਾਵ ਪਾਉਣ ਦੀ ਇਜਾਜ਼ਤ ਵੀ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਜ਼ੈਮੈਟੋ ਆਪਣੀ ਭੂਮਿਕਾ ਤੋਂ ਅੱਗੇ ਨਿਕਲ ਰਿਹਾ ਅਤੇ ਰੈਸਟੋਰੈਂਟ ਦੀ ਜਾਂਚ ਲਈ ਅਧਿਕਾਰਤ ਸੰਸਥਾ ਨਹੀਂ ਹੈ ਉਧਰ ਗੁਰੂਗ੍ਰਾਮ ਪੁਲਿਸ ਨੇ ਖਾਲਿਸਤਾਨ ਵਿਚਾਰਕ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਰਾਸ਼ਟਰੋਧਕ ਮਾਮਲਾ ਦਰਜ ਕੀਤਾ ਹੈ ਪੰਨੂ ਨੇ ਐਲਾਨ ਕੀਤਾ ਹੈ ਕਿ ਗੁਰੂਗ੍ਰਾਮ ਤੋਂ ਲੈ ਕੇ ਹਰਿਆਣਾ ਦੇ ਅੰਬਾਲਾ ਤੱਕ ਸਾਰੇ ਐਸਪੀ ਅਤੇ ਡੀਸੀ ਦਫ਼ਤਰਾਂ ਦੇ ਵਿੱਚ ਖਾਲਸਥਾਨੀ ਝੰਡਾ ਲਹਿਰਾਇਆ ਜਾਵੇਗਾ ਪੁਲਿਸ ਨੇ ਦੱਸਿਆ ਕਿ ਪੰਨੂ ਨੇ YouTube ਚੈਨਲ ਤੇ ਇਹ ਐਲਾਨ ਕੀਤਾ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਵਿੱਚ ਦਰਜ ਐਫ ਆਈ ਆਰ ਦੇ ਅਨੁਸਾਰ ਪੰਨੂ ਨੇ ਕਿਹਾ ਹਰਿਆਣਾ ਪੰਜਾਬ ਦਾ ਹਿੱਸਾ ਹੋਵੇਗਾ ਤੇ ਪੰਜਾਬ ਨੂੰ ਭਾਰਤ ਤੋਂ ਮੁਕਤ ਕਰਵਾਇਆ ਜਾਵੇਗਾ ਗੁਰੂਗ੍ਰਾਮ ਤੋਂ ਅੰਬਾਲਾ ਤੱਕ ਹਰੇਕ ਐਸਪੀ ਤੇ ਡੀਸੀ ਦਫ਼ਤਰ ਦੇ ਵਿੱਚ 29 ਅਪ੍ਰੈਲ ਨੂੰ ਇਸ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ ਆਪਣੀ ਦੋਸਤ ਸ਼ਿਤਨੂ ਦਿਓ ਇਜਾਜ਼ਤ ਨਮਸਕਾਰ